वेलकम स्टूडेंट्स, असी अज प्रोपेगंडे दे मैथड्स दे विचों एक छोटा जिहा टॉपिक कढ के इहनूं एक्सप्लेन करांगे। पब्लिक डिप्लोमेसी जन कूटनीति इंपोर्टेंट टॉपिक आ। की हुंदी है जन कूटनीति जां पब्लिक डिप्लोमेसी? पीपल अराउंड द वर्ल्ड इन डिफरेंट कंट्रीज सिटीज एंड कम्यूनिटीज हैव अपोजिंग ओपीनियंस स्पैशली रिलेटेड टू पॉलिटिक्स। दुनिया के अलग अलग शहरों के अलग अलग समुदायों के अलग अलग कंट्री के लोग ने जोड़े उन्होंने विचार आपस नहीं मिलते, ओपोजिट विचार रखते ने कई तो खास तौर के उत्ते पॉलिटिक्स के जी। डिप्लोमेसी आ कूटनीति आ प्रोवाइड्स प्रोसैस फॉर डिफरेंट पार्टी टू सक्सैसफुली कम्युनिकेट विद ईच अदर एंड बैटर अंडरसटैंड डिफरिंग पॉइंट्स ऑफ व्यू। चाहे अलग अलग विचार रखते ने फिर भी जड़ी कूटनीति आ इस तरह का विचार इस तरह की जड़ी एक सोच आ वो इस एक इस तरह की प्रक्रिया है जी वो प्रोवाइड करती है जिहड़ी अलग अलग पार्टियां नू अपने एक दूजे नाल अपने ओपोजिट विचार दियां पार्टियां नाल सक्सैसफुली कम्युनिकेट करन दे विच जां एक दूजे दी पार्टी नू सही ढंग नाल समझण दे विच मदद करती है। द अमरीकन साइकोलॉजिकल एसोसीएशन स्टेट्स नैगोशिएशन एंड डिप्लोमेसी आर द फाउंडेशन ऑफ इंटरनेशनल रिलेशनज। तो अमरीकन साइकोलॉजिकल एसोसीएशन ये गल की आ कि जिहड़ी डिप्लोमेसी आ ओह इंटरनेशनल लैवल दे उत्ते साडे रिलेशन जिहड़े बणदे ने उहनां लई बहुत ही मील पत्थर साबित हुंदी आ, एक बेस आ। तो ये की आ, डिस्पाइट इट्स वाइटल इंपॉर्टेंस इन आर लाइव्स मैनी पीपल आस्क। ਇਹਦੀ ਬਹੁਤ ਜ਼ਿਆਦਾ ਮਹੱਤਤਾ ਸਾਡੀ ਜ਼ਿੰਦਗੀ ਦੇ ਵਿੱਚ ਦੇਖਦੇ ਹੋਏ ਲੋਕ ਕੀ ਕਹਿੰਦੇ ਨੇ, ਵਾਟ ਇਜ਼ ਪਬਲਿਕ ਡਿਪਲੋਮੇਸੀ? ਜਦੋਂ ਅਸੀਂ ਕੋਈ ਵੀ ਦੁਨੀਆ ਦੇ ਵਿੱਚ ਕੋਈ ਵੀ ਘਟਨਾ ਵਾਪਰਦੀ ਆ ਕਿਸੇ ਵੀ ਫੀਲਡ ਦੇ ਵਿੱਚ ਤਾਂ ਅਸੀਂ ਕਹਿੰਦੇ ਹਾਂ ਕਿ ਲੋਕਾਂ ਦੀ ਨੀਤੀ ਕੀ ਹੈ। ਤਾਂ ਇੱਥੇ ਸਾਡੇ ਕੋਲ ਕੁਐਸਚਨ ਆਉਂਦਾ ਹੈ, ਵਾਇਲ ਯੂਜ਼ਿੰਗ ਡਿਫਾਈਂਡ ਐਜ਼ ਨੈਗੋਸ਼ੀਏਸ਼ਨਸ ਬਿਟਵੀਨ ਕੰਟਰੀਜ਼ ਡਿਪਲੋਮੈਸੀ ਹੈਜ਼ ਅ ਬਰੋਡਰ ਮੀਨਿੰਗ। ਤਾਂ ਡਿਪਲੋਮੈਸੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਬਰੋਡਰ ਮੀਨਿੰਗ ਰੱਖਦੀ ਹੈ ਆਪਣੇ ਆਪ ਦੇ ਵਿੱਚ। ਇਟ ਇਨਕਲੂਡਸ ਆਲ ਡਿਸਕਸ਼ਨਸ ਕੰਡਕਟਡ ਵਿਦ ਸੈਂਸਿਟਿਵਿਟੀ ਐਂਡ ਵਿਦਆਊਟ ਕੌਜ਼ਿੰਗ ਹੋਸਟਿਲਿਟੀ। ਇਨ ਦਿਸ ਸੈਂਸ ਪਬਲਿਕ ਡਿਪਲੋਮੈਸੀ ਇਜ਼ ਯੂਜ਼ਫੁਲ ਇਨ ਹੈਂਡਲਿੰਗ ਇੰਟਰਨੈਸ਼ਨਲ ਕਨਫਲਿਕਟਸ ਕਮਿਊਨਿਟੀ ਡਿਸਪਿਊਟਸ ਐਜ ਵੈਲ ਐਜ ਇੰਟਰਪਰਸਨਲ ਇੰਟਰੈਕਸ਼ਨਸ। ਤਾਂ ਜਿਹੜੀ ਪਬਲਿਕ ਡਿਪਲੋਮੈਸੀ ਆ ਉਹ ਇੰਟਰਨੈਸ਼ਨਲ ਕਨਫਲਿਕਟਸ ਤਾਂ ਸੁਲਝਾਉਂਦੀ ਆ ਜਾਂ ਯੂਜ਼ਫੁਲ ਸਾਬਿਤ ਹੁੰਦੀ ਆ ਸੁਲਝਾਉਣ ਦੇ ਵਿੱਚ। ਇਸ ਤੋਂ ਇਲਾਵਾ ਇਹ ਕਮਿਊਨਿਟੀ ਦੇ ਡਿਸਪਿਊਟ ਹੁੰਦੇ ਨੇ ਜਿਹੜੇ, ਕਮਿਊਨਿਟੀ ਸਮਾਜਿਕ ਲੜਾਈ ਝਗੜੇ ਹੁੰਦੇ ਨੇ ਜਿਹੜੇ, ਆਪਸ ਦੇ ਲੜਾਈ ਝਗੜੇ ਜਿਹੜੇ ਹੁੰਦੇ ਨੇ, ਆਪਸ ਦੇ ਗੱਲਬਾਤ ਜਿਹੜੀ ਹੁੰਦੀ ਆ ਉਹਨਾਂ ਨੂੰ ਵੀ ਜਿਹੜੀ ਆ ਇਹ ਯੂਜ਼ਫੁਲੀ ਹੈਂਡਲ ਕਰਦੀ ਆ। ਇੱਥੇ ਅਸੀਂ ਇੱਕ ਐਗਜ਼ਾਮਪਲ ਆਪਣੇ ਸਮਾਜ ਦੀ ਲੈ ਲੈਂਦੇ ਹਾਂ ਕਿ ਜਦੋਂ ਵੀ ਕੋਈ ਸਾਡੇ ਇੰਟਰਪਰਸਨਲ ਜਿਹੜੀਆਂ ਸਾਡੀਆਂ ਕਨਫਲਿਕਟਸ ਹੁੰਦੇ ਨੇ, ਸਾਡੇ ਆਪਣੇ ਆਪ ਦੇ ਵਿੱਚ ਝਗੜਾ ਹੋਣਾ ਜਾਂ ਆਪਣੇ ਦੂਜੇ ਜਿਹੜੇ ਮਿੱਤਰ ਸਹਿਯੋਗੀ ਨੇ ਜਾਂ ਪਰਿਵਾਰਕ ਮੈਂਬਰ ਨੇ ਉਹਨਾਂ ਨਾਲ ਝਗੜਾ ਹੋਣਾ, ਜਦੋਂ ਅਸੀਂ ਇਹ ਸਾਡੀ ਗੱਲ ਸਮਾਜ ਦੇ ਵਿੱਚ ਜਾਂਦੀ ਆ ਤਾਂ ਉੱਥੇ ਸਾਡੇ ਕੋਲ ਗੱਲ ਆ ਜਾਂਦੀ, ਲੋਕ ਕਹਿੰਦੇ ਨੇ ਜਾਂ ਲੋਕ, ਤਾਂ ਉਹ ਪਬਲਿਕ ਡਿਪਲੋਮੈਸੀ ਦੀ ਹੀ ਇੱਕ ਐਗਜ਼ਾਮਪਲ ਆ ਕਿ ਲੋਕ ਕਹਿੰਦੇ ਨੇ ਜਾਂ ਪਬਲਿਕ ਕੀ ਕਹਿੰਦੀ ਆ, ਪਬਲਿਕ ਦੀ ਕੂਟਨੀਤੀ ਕੀ ਆ। Having skill in public diplomacy is a necessity of anyone who intended to follow a career path that deals with discussions among multiple groups. So what is difference between propaganda and public diplomacy? Je hun assi gal kariye propaganda di te ohde ch te public diplomacy de vich ki fark aa? Hun propaganda is source based cause oriented emotion laden content that utilize mass persuasion media to cultivate the mass mind in the service to the sources goals. ਅਸੀਂ ਕੁਝ ਇੱਕ ਤਰ੍ਹਾਂ ਦੇ ਅਸੀਂ ਕਹਿੰਦੇ ਹਾਂ ਗੋਲ ਬਣਾ ਲੈਂਦੇ ਹਾਂ ਜਿਹਦੇ ਨਾਲ ਅਸੀਂ ਕੁਛ ਵੀ ਕਰਨਾ ਪਵੇ, ਸਾਨੂੰ ਕਿਵੇਂ ਦਾ ਵੀ ਪ੍ਰੋਪੇਗੰਡਾ ਕਰਨਾ ਪਵੇ, ਕਿਸ ਤਰ੍ਹਾਂ ਦੇ ਵੀ ਸਰੋਤ ਲੈਣੇ ਪੈਣ, ਕੋਈ ਵੀ ਕਾਰਨ ਹੋਵੇ, ਕਿਸ ਤਰ੍ਹਾਂ ਵੀ ਅਸੀਂ ਮਾਸ ਮੀਡੀਆ ਦਾ ਪ੍ਰਯੋਗ ਕਰਕੇ
ਲੋਕਾਂ ਦੇ ਜਿਹੜਾ ਮਨਾਂ ਦੇ ਵਿੱਚ ਅਸੀਂ ਆਪਣਾ ਗੋਲ ਆ ਜਿਹੜਾ ਉਹ ਸਥਾਪਿਤ ਕਰ ਦਾਂਗੇ। ਇਹ ਹੋ ਗਿਆ ਪ੍ਰੋਪੇਗੰਡਾ। ਇਟ ਇਜ਼ ਇਟਸ ਯੂਟੀਲਾਈਜੇਸ਼ਨ ਇਜ਼ ਨੋਟ ਗੁੱਡ ਔਰ ਬੈਡ ਐਜ ਆਲ ਸੋਸ਼ਲ ਇੰਸਟੀਟਿਊਸ਼ਨਸ ਗੌਰਮੈਂਟ ਕਮਰਸ਼ੀਅਲ ਸਿਟੀਜ਼ਨ ਬੇਸਡ ਯੂਜ ਪ੍ਰੋਪੇਗੰਡਾ ਫਾਰ ਦੇਅਰ ਓਨ ਪਰਪਜ਼ਿਸ। ਤਾਂ ਲੋਕ ਪ੍ਰੋਪੇਗੰਡਾ ਆਪਣੇ ਪਰਪਜ਼ ਲਈ ਕਰਦੇ ਨੇ, ਤਾਂ ਇਹਦੇ ਲਈ ਸੋਸ਼ਲ ਇੰਸਟੀਟਿਊਸ਼ਨ ਜਾਂ ਸਮਾਜ ਦੇ ਉੱਤੇ ਬੁਰਾ ਪ੍ਰਭਾਵ ਚੰਗਾ ਪ੍ਰਭਾਵ ਇਹ ਨਹੀਂ ਦੇਖਦੇ। ਦ ਐਥੀਕਲ ਕੁਸ਼ਚਨ ਐਸੋਸੀਏਟ ਵਿਦ ਪ੍ਰੋਪੇਗੰਡਾ ਇਨਵੋਲਵ ਇਟਸ ਮੀਨਸ ਲੈਂਡਸ ਐਗਰੀਮੈਂਟ ਔਰ ਲੈਕ ਦੇਅਰ ਆਫ ਇਨ ਇਟਸ ਅਸਮੈਟਰੀਕਲ ਐਕਸਚੇਂਜ ਆਫ ਇਨਫੋਰਮੇਸ਼ਨ ਦੈਟ ਆਲਵੇਜ਼ ਫੇਵਰ ਦਾ ਸਪੋਂਸਰ ਆਫ ਪ੍ਰੋਪੇਗੰਡਾ। ਤਾਂ ਸਪੋਂਸਰ ਆ ਜਿਹੜਾ ਉਸਦੇ ਫੇਵਰ ਦੇ ਵਿੱਚ ਕੁਛ ਵੀ ਹੋ ਸਕਦਾ ਹੈ, ਕੋਈ ਵੀ ਹੱਥ ਕੰਡਾ ਵਰਤਿਆ ਜਾ ਸਕਦਾ ਹੈ। ਐਟ ਇਟਸ ਬੈਸਟ ਪ੍ਰੋਪੇਗੰਡਾ ਇਨਵੋਲਵਸ ਪ੍ਰੋ ਸੋਸ਼ਲ ਕੌਜ਼ ਡੂ ਨੋਟ ਸਟੇ ਟੂ ਫਾਰ ਫਰੋਮ ਦਾ ਟਰੁੱਥ। ਇਟਸ ਵਸਟ ਪ੍ਰੋਪੇਗੰਡਾ ਸਰਵਿਸਿਸ ਸਟ੍ਰਿਕਟਲੀ ਐਂਡ ਪ੍ਰੋ ਸੋਰਸ ਫੰਕਸ਼ਨਸ ਦੈਟ ਯੂਜ ਵਟ ਐਵਰ ਮੀਨਸ ਟੂ ਫੁਲਫਿਲ ਇਟਸ ਗੋਲਸ। ਦਾ ਰਿਨੋਨਡ ਪੋਲੀਟੀਕਲ ਸਾਇੰਟਿਸਟ ਹਾਰਲੋਡ ਲਾਸਵੈਲ ਲਾਈਕ ਦਾ ਫਰੈਂਚ ਸਕਾਲਰ ਜੈਕਸ ਇਲਲ ਐਂਡ ਦਾ ਪਬਲਿਕ ਰਿਲੇਸ਼ਨ ਗੁਰੂ ਐਡਵਰਡ ਵਰਨੇ ਬਿਲੀਵਸ ਦੈਟ ਪ੍ਰੋਪੇਗੰਡਾ ਇਜ਼ ਟੂਲ ਔਰ ਵੈਪਨ ਆਫ ਮਾਡਰਨ ਟੈਕਨੋਲੋਜੀਕਲ ਸੋਸਾਇਟੀ ਐਂਡ ਦੈਟ ਇਜ਼ ਨੋ ਵਨ ਪ੍ਰੋਪੇਗੰਡਾ ਪ੍ਰਵੇਲਸ ਓਨਲੀ ਕੰਪੀਟੀਸ਼ਨ। ਲਾਸਵੈਲ ਰੋਟ ਪ੍ਰੋਪੇਗੰਡਾ ਐਜ਼ ਦਾ ਮੇਅਰ ਟੂ ਇਜ਼ ਨੋ ਮੋਰ ਮੋਰਲ ਇਮੋਰਲ ਦੈਨ ਅ ਪੰਪ ਹੈਂਡਲ ਦਾ ਓਨਲੀ ਇਫੈਕਟਿਵ ਵੈਪਨ ਅਗੇਂਸਟ ਪ੍ਰੋਪੇਗੰਡਾ ਔਨ ਬਿਹਾਫ ਆਫ ਵਨ ਪੋਲਿਸੀ ਸੀਮਜ ਟੂ ਬੀ ਪ੍ਰੋਪੇਗੰਡਾ ਔਨ ਬਿਹਾਫ ਆਫ ਐਨ ਅਲਟਰਨੇਟਿਵ। ਤਾਂ ਇਹ ਅਲਟਰਨੇਟਿਵ ਕੀ ਆ? ਪਬਲਿਕ ਡਿਪਲੋਮੈਸੀ। ਤਾਂ ਇੱਥੇ ਅਸੀਂ ਪ੍ਰੋਪੇਗੰਡਾ ਦਾ ਬਰੋਡਲੀ ਅਸੀਂ ਕੀਤਾ ਹੈ ਖੋਲ੍ਹ ਕੇ ਮੀਨਿੰਗ ਕਿ ਪ੍ਰੋਪੇਗੰਡਾ ਸਮਾਜ ਦੇ ਵਿੱਚ ਕਿਸ ਤਰ੍ਹਾਂ ਨਾਲ ਹੁੰਦਾ ਹੈ, ਅਤੇ ਉਦੋਂ ਬਾਅਦ ਜਿਹੜੀ ਪਬਲਿਕ ਡਿਪਲੋਮੈਸੀ ਆ ਉਹ ਪ੍ਰੋਪੇਗੰਡੇ ਨਾਲ ਕਿਵੇਂ ਸੰਬੰਧਿਤ ਆ। ਪਬਲਿਕ ਡਿਪਲੋਮੈਸੀ ਲਾਈਕ ਪ੍ਰੋਪੇਗੰਡਾ ਇਜ਼ ਲਿੰਕਡ ਟੂ ਪਾਵਰ। ਪਬਲਿਕ ਡਿਪਲੋਮੈਸੀ ਆ ਜਿਹੜੀ ਉਹ ਵੀ ਪ੍ਰੋਪੇਗੰਡਾ ਦੀ ਤਰ੍ਹਾਂ ਪਾਵਰ ਨਾਲ ਸੰਬੰਧਿਤ ਆ। ਮੋਸਟ ਰੈਫਰੈਂਸਡ ਟਰਮ ਆਫ ਪਬਲਿਕ ਡਿਪਲੋਮੈਸੀ ਸੋਫਟ ਪਾਵਰ, ਜਿਹੜੀ ਸੋਫਟ ਪਾਵਰ ਕਿਹਾ ਜਾ ਸਕਦਾ ਇਹਨੂੰ, ਕੁਆਇਨਡ ਬਾਏ ਜੋਸਫ ਨਾਈ। ਸੋਫਟ ਪਾਵਰ ਅਨਲਾਈਕ ਹਾਰਡ ਪਾਵਰ ਇਜ਼ ਬੇਸਡ ਔਨ ਇਨਡਾਇਰੈਕਟ ਬਿਹੇਵੀਅਰ ਇਨਫਲੂਐਂਸ ਦੈਟ ਸੱਚ ਐਜ਼ ਕਲਚਰ ਵੈਲਿਊਜ਼ ਐਂਡ ਆਈਡੀਓਲੋਜੀ ਦੈਟ ਡਾਇਰੈਕਟਸ ਨੇਸ਼ਨਸ ਟੂਵਰਡ ਇੰਟਰਡਿਪੈਂਡੈਂਸੀ ਆਫ ਕਨਫਰੰਟੇਸ਼ਨ। ਜਿਹੜੀ ਪਬਲਿਕ ਡਿਪਲੋਮੈਸੀ ਆ ਉਹ ਜਿਹੜਾ ਵਿਵਹਾਰ ਆ ਉਸ ਨੂੰ ਪ੍ਰਭਾਵਿਤ ਕਰਦੀ ਆ ਕਲਚਰ ਦੇ ਮਾਧਿਅਮ ਨਾਲ, ਵੈਲਿਊਜ਼ ਦੇ ਮਾਧਿਅਮ ਨਾਲ, ਅਤੇ ਜਿਹੜੀ ਸੋਚ ਆ ਲੋਕਾਂ ਦੀ ਆਈਡੀਓਲੋਜੀ ਆ ਉਹਦੇ ਮਾਧਿਅਮ ਨਾਲ ਜਾਂ ਫਿਲਾਸਫੀ ਆ ਉਹਦੇ ਮਾਧਿਅਮ ਨਾਲ, ਜਿਹੜੀ ਕਿ ਕਿਸੇ ਦੇਸ਼ ਨੂੰ ਡਾਇਰੈਕਟ ਕਰਦੀ ਆ, ਨਿਰਦੇਸ਼ ਦਿੰਦੀ ਆ। ਤਾਂ ਪਬਲਿਕ ਡਿਪਲੋਮੈਸੀ ਕੀ ਆ? ਟੂ ਦਾ ਪਬਲਿਕ ਪੁੱਟਸ ਹਿਊਮਨ ਇੰਟਰੈਕਸ਼ਨ ਫਰੰਟ ਐਂਡ ਸੈਂਟਰ ਇਨ ਫਾਰ ਲੈਸ ਮੈਨੀਪਲੂਟਿਵ ਵੇਜ ਦੈਨ ਪ੍ਰੋਪੇਗੰਡਾ। ਤਾਂ ਪ੍ਰੋਪੇਗੰਡਾ ਨਾਲ ਓਪੀਨ ਇਹ ਆਏ ਆ ਕਿ ਇਹ ਪਬਲਿਕ ਨੂੰ ਇਸ ਤਰ੍ਹਾਂ ਨਾਲ ਡੀਲ ਕਰਦੀ, ਉੱਥੇ ਇੱਕ ਸਪੋਂਸਰ ਆ ਜਿਹੜਾ ਉਸ ਨੂੰ ਫਾਇਦਾ ਹੁੰਦਾ ਹੈ, ਇੱਥੇ ਇੱਕ ਸਮੁਦਾਇ ਦੀ ਇੱਕ ਸੋਚ ਬਣ ਜਾਂਦੀ ਆ, ਇੱਕ ਸੋਚ ਨੂੰ ਮੂਹਰੇ ਰੱਖ ਕੇ ਚੱਲਦੀ ਆ ਇਹ ਕਿ ਸਾਰੀ ਕਮਿਊਨਿਟੀ ਹੈ ਜਿਹੜੀ ਉਸਦੇ ਜਿਹੜੀ ਫੇਵਰ 'ਚ ਹੋਵੇ। ਜਿਹੜਾ ਟਾਰਗੇਟ ਆਡੀਅੰਸ ਹੁੰਦਾ ਇਹਦੇ ਵਿੱਚ ਲਾਈਕ ਆ ਪ੍ਰੋਸਮਰ ਪ੍ਰੋ ਕੰਜ਼ਿਊਮਰ, ਇੱਥੇ ਥੋੜ੍ਹੀ ਜਿਹੀ ਮਿਸਟੇਕ ਆ, ਪ੍ਰੋ ਕੰਜ਼ਿਊਮਰ, ਇਹਨੂੰ ਪ੍ਰੋ ਐਕਟਿਵ ਕੰਜ਼ਿਊਮਰ ਵੀ ਕਹਿੰਦੇ ਹਾਂ ਅਸੀਂ। ਕੰਜ਼ਿਊਮਿੰਗ ਮੈਸੇਜ ਫਰੋਮ ਦਾ ਸੈਂਡਰ ਦੈਟ ਰੇਂਜਿਸ ਫਰੋਮ ਦਾ ਪਬਲਿਕ ਅਫੇਅਰਸ ਆਫਿਸਰ ਟੂ ਦਾ ਹੈੱਡ ਆਫ ਨੋਨ ਗੌਰਮੈਂਟਲ ਔਰਗੇਨਾਈਜੇਸ਼ਨ। ਤਾਂ ਇੱਥੇ ਅਸੀਂ ਕਹਾਂਗੇ ਕਿ ਜਿਹੜਾ ਪਬਲਿਕ ਡਿਪਲੋਮੈਸੀ ਆ ਉਹਦੇ ਵਿੱਚ ਅਲੱਗ ਅਲੱਗ ਦੇਸ਼ ਨੇ ਜਿਹੜੇ, ਉਹਦੇ ਵਿੱਚ ਚਾਹੇ ਗੌਰਮੈਂਟਲ ਔਰਗੇਨਾਈਜੇਸ਼ਨ ਹੋਣ ਚਾਹੇ ਨੋਨ ਗੌਰਮੈਂਟਲ ਔਰਗੇਨਾਈਜੇਸ਼ਨ ਹੋਣ, ਉਹ ਸਾਰੇ ਕੀ ਨੇ, ਉਹ ਇੱਕ ਦੂਜੇ ਨਾਲ ਆਪਣੇ ਆਈਡੀਆਜ਼ ਨੇ ਜਿਹੜੇ ਐਕਸਚੇਂਜ ਕਰਦੇ ਨੇ, ਅਤੇ ਸਾਰੇ ਦੇਸ਼ ਦੀ ਕੂਟਨੀਤੀ ਹੈ ਜਿਹੜੀ ਮੈਕਸੀਮਮ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਦੀ ਜਿਹੜੀ ਪਬਲਿਕ ਡਿਪਲੋਮੈਸੀ ਆ ਉਹ ਇੱਕ ਬਣ ਜਾਂਦੀ ਆ। ਇਸ ਤੋਂ ਇਲਾਵਾ ਅਸੀਂ ਇਹ ਵੀ ਕਹਿ ਦਿੰਦੇ ਕਿ ਦੁਨੀਆ ਦੇ ਵਿੱਚ ਕੋਈ ਵੀ ਘਟਨਾ ਵਾਪਰਦੀ ਹੈ ਚੰਗੀ ਜਾਂ ਮਾੜੀ, ਉਹਦੇ ਵਿੱਚ ਅਲੱਗ ਅਲੱਗ ਸੋਸਾਇਟੀਜ਼ ਦੀ ਜਦੋਂ ਇੱਕ ਡਿਪਲੋਮੈਸੀ ਬਣ ਜਾਂਦੀ ਆ
ਉਹ ਵੀ ਅਸੀਂ ਗੱਲ ਕਰ ਸਕਦੇ ਹਾਂ। ਇੱਥੇ ਅਸੀਂ ਗੱਲ ਕਰਾਂਗੇ ਜਿਹੜਾ ਅਮਰੀਕਾ ਦੇ ਉੱਤੇ ਹਮਲਾ ਹੋਇਆ ਸੀਗਾ 11 ਦੇ ਵਿੱਚ, ਉੱਥੇ ਜਦੋਂ ਉਹਨਾਂ ਨੇ ਆਪਣਾ ਜਿਹੜਾ ਲੋਕਾਚਾਰੀ ਦੇ ਮੁਤਾਬਕ ਜਾਂ ਲੋਕਾਂ ਦੀ ਰਾਇ ਦੇ ਮੁਤਾਬਕ ਜਾਂ ਲੋਕਾਂ ਦੀ ਕੂਟਨੀਤੀ ਦੇ ਮੁਤਾਬਕ ਉਹ ਜਿਹੜਾ ਵੀ ਆਪਣਾ ਕਿਸੇ ਖਾਸ ਕਮਿਊਨਿਟੀ ਪ੍ਰਤੀ ਜੋ ਵੀ ਉਹਨਾਂ ਦੇ ਇਹ ਕਹਿ ਲਓ ਕਿ ਸੋਚ ਸੀਗੀ ਉਹ ਬਣੀ ਆ ਜਾਂ ਵੱਧ ਤੋਂ ਵੱਧ ਦੇਸ਼ਾਂ ਦੀ ਬਣੀ ਆ ਕਿ ਜਿਹਦੇ ਨਾਲ ਜਿਹੜਾ ਇਹ ਉਹ ਜਿਹੜੀ ਮਾਨਵ ਜਾਤੀ ਆ ਉਹ ਇੱਕ ਕੂਟਨੀਤੀ ਦਾ ਹੀ ਹਿੱਸਾ ਲੱਗਦੀ ਆ। ਜਿਹੜੀ ਪਬਲਿਕ ਡਿਪਲੋਮੈਸੀ ਆ ਉਹਦੇ ਵਿੱਚ ਅਸੀਂ ਕਹਾਂਗੇ ਕਿ ਐਕਸਚੇਂਜ ਸਕੋਲਰਸ, ਇਹਦੇ ਵਿੱਚ ਸਕੋਲਰਸ ਨੂੰ ਐਕਸਚੇਂਜ ਕਰ ਸਕਦੇ ਨੇ ਦੁਨੀਆ ਦੇ ਵਿੱਚ ਜਿਹੜੇ ਸਕੋਲਰ ਨੇ ਇੱਕ ਦੇਸ਼ ਤੋਂ ਦੂਸਰੇ ਦੇਸ਼ ਦੇ ਵਿੱਚ, ਜਾਂ ਪਬਲਿਕ ਅਫੇਅਰਸ ਨੇ ਜਿਹੜੇ ਲੋਕਾਂ ਦੇ ਮਾਮਲੇ ਨੇ ਜਿਹੜੇ ਉਹਨਾਂ ਦੇ ਵਿੱਚ ਸਿੱਧਾ ਜਿਹੜਾ ਲਿੰਕ ਆ ਉਹ ਦੂਸਰੇ ਦੇਸ਼ਾਂ ਦੇ ਨਾਲ ਸੋਸ਼ਲ ਮੀਡੀਆ ਰਾਹੀਂ ਜਾਂ ਫੇਸ ਟੂ ਫੇਸ ਕੰਟੈਕਟ ਰਾਹੀਂ ਜਿਹੜੇ ਕਰਦੇ ਨੇ, ਤਾਂ ਸਾਡੇ ਜਿਹੜੇ ਦੇਸ਼ ਦੇ ਕੂਟਨੀਤਿਕ ਨੇ ਜਾਂ ਦੂਜੇ ਦੇਸ਼ ਦੇ ਜਿਹੜੇ ਹੋਰ ਸੋਚਣ ਵਾਲੇ ਨੇ ਜਾਂ ਕੂਟਨੀਤੀ ਰੱਖਣ ਵਾਲੇ ਨੇ ਉਹ ਇੱਕ ਦੂਜੇ ਕੰਟਰੀ ਦੇ ਵਿੱਚ ਜਾ ਕੇ ਆਪਣੀਆਂ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਨੇ ਜਾਂ ਜੋ ਵੀ ਸੋਚ ਆ ਲੋਕਾਂ ਦੀ ਉਹਨਾਂ ਨੂੰ ਅੱਗੇ ਰੱਖਦੇ ਨੇ। ਇਸ ਤਰ੍ਹਾਂ ਨਾਲ ਜਿਹੜੀ ਕੂਟਨੀਤੀ ਆ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਸ਼ਾਮਿਲ ਨੇ ਜਿਹਦੇ ਨਾਲ ਹੀ ਦੁਨੀਆ ਜਿਹੜੀ ਉਹ ਚੱਲ ਰਹੀ ਆ ਜਾਂ ਦੁਨੀਆ ਦੇ ਦੇਸ਼ ਨੇ ਜਿਹੜੇ ਉਹ ਆਪਣੇ ਇੱਕ ਦੂਜੇ ਨਾਲ ਸੰਪਰਕ ਦੇ ਵਿੱਚ ਨੇ। ਤਾਂ ਇਹਦੇ ਵਿੱਚ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਦੋਂ ਪਬਲਿਕ ਡਿਪਲੋਮੈਸੀ ਕਈ ਵਾਰੀ ਇਹ ਵੀ ਹੁੰਦੀ ਹੈ ਕਿ ਅਸੀਂ ਇੱਕ ਧਰਮ ਨੂੰ ਅਸੀਂ ਦੂਜੇ ਧਰਮਾਂ ਦੇ ਵਿੱਚ ਕਿਵੇਂ ਲੈ ਕੇ ਜਾਣਾ ਹੈ, ਐਂਟਰ ਕਰਾਉਣਾ ਹੈ, ਜਾਂ ਅਸੀਂ ਇਹ ਕਹਿ ਲਈਏ ਕਿ ਕੋਈ ਵੀ ਦੇਸ਼ ਇਸ ਤਰ੍ਹਾਂ ਦਾ ਜਿਵੇਂ ਇਜ਼ਰਾਈਲ ਦੀ ਇਗਜ਼ਾਮਪਲ ਲੈ ਸਕਦੇ ਹਾਂ ਅਸੀਂ ਕਿ ਇਸ ਤਰ੍ਹਾਂ ਦਾ ਇੱਕ ਦਿਨ ਮਨਾਵੇ ਜਾਂ ਇਸ ਤਰ੍ਹਾਂ ਦਾ ਇੱਕ ਮਹੀਨਾ ਮਨਾਵੇ ਜਾਂ ਟਾਈਮ ਥੋੜ੍ਹਾ ਜਿਹਾ ਮਨਾਵੇ ਜਿਹਦੇ ਵਿੱਚ ਜਿਹੜੇ ਲੋਕ ਨੇ ਉਹ ਉਸ ਦੇਸ਼ ਦੀ ਤਰ੍ਹਾਂ ਚਾਹੇ ਕਿਸੇ ਵੀ ਦੇਸ਼ ਦੇ ਨੇ ਉਸ ਦੇ ਸਿਟੀਜ਼ਨ ਦੀ ਤਰ੍ਹਾਂ ਰਹਿਣਾ ਸ਼ੁਰੂ ਕਰ ਦੇਣ, ਤਾਂ ਇਹਦਾ ਮਤਲਬ ਇਹ ਇਹਦੇ ਵਿੱਚ ਕੂਟਨੀਤੀ ਕੀ ਆ ਕਿ ਇਹ ਇੱਕ ਸੱਭਿਆਚਾਰਕ ਤੌਰ ਦੇ ਉੱਤੇ ਅਸੀਂ ਇੱਕ ਦਿਨ ਮਨਾ ਲੈਂਦੇ ਹਾਂ, ਪਰ ਸਾਡੀ ਕੂਟਨੀਤੀ ਇਹ ਹੁੰਦੀ ਆ ਕਿ ਜਿਹੜੇ ਬਾਕੀ ਦੇਸ਼ਾਂ ਦੇ ਲੋਕ ਨੇ ਜਿਹੜੇ ਵਿਦੇਸ਼ੀ ਨੇ ਸਾਡੇ ਦੇਸ਼ ਵਿੱਚ ਰਹਿ ਰਹੇ ਨੇ ਉਹ ਸਾਡੇ ਸੱਭਿਆਚਾਰ ਤੋਂ ਪ੍ਰਭਾਵਿਤ ਹੋਣ, ਉਸੇ ਤਰ੍ਹਾਂ ਰਹਿਣਾ ਜਿਹੜਾ ਉਹਨਾਂ ਨੂੰ ਪਸੰਦ ਆਵੇ, ਇਹ ਕੂਟਨੀਤੀ ਦੇ ਅਧੀਨ ਅਸੀਂ ਆਪਣੇ ਸੱਭਿਆਚਾਰ ਦੇ ਵਿੱਚ ਬਾਕੀ ਲੋਕਾਂ ਨੂੰ ਜੋੜਨਾ ਚਾਹੁੰਦੇ ਹਾਂ। ਤਾਂ ਇਹ ਇੱਕ ਕੂਟਨੀਤੀ ਦੀ ਇਗਜ਼ਾਮਪਲ ਆ। ਇਸ ਤੋਂ ਇਲਾਵਾ ਜਿਵੇਂ ਅਸੀਂ ਕਹਿ ਲਈਏ ਕਿ ਜਿਹੜਾ 11 ਦਾ ਹਮਲਾ ਸੀਗਾ ਉਹਦੇ ਵਿੱਚ ਵੀ ਅਮਰੀਕਾ ਦੀ ਕੂਟਨੀਤੀ ਬਾਕੀ ਦੇਸ਼ਾਂ ਨੂੰ ਆਪਣੇ ਨਾਲ ਮਿਲਾਉਣਾ ਜਾਂ ਆਪਣੇ ਨਾਲ ਜਿਹੜੀ ਆ ਇਹ ਜੋ ਵੀ ਉਹਨਾਂ ਦੀ ਨੁਕਸਾਨ ਹੋਇਆ ਉਹਨਾਂ ਲਈ ਬਾਕੀ ਜਿਹੜੇ ਜੋ ਵੀ ਉਹਨਾਂ ਦੇ ਦੁਸ਼ਮਣ ਨੇ ਜਾਂ ਜਿਨ੍ਹਾਂ ਲਈ ਵੀ ਉਹਨਾਂ ਨੇ ਕੂਟਨੀਤੀ ਅਪਣਾਈ ਆ ਕਿ ਉਹਨਾਂ ਬਾਰੇ ਇੱਕ ਇਸ ਤਰ੍ਹਾਂ ਦਾ ਪ੍ਰੋਪੇਗੰਡਾ ਕਰਨਾ, ਨੈਗੇਟਿਵ ਪ੍ਰੋਪੇਗੰਡਾ ਕਰਨਾ, ਜਾਂ ਤੁਸੀਂ ਇਹ ਕਹਿ ਲਓ ਕਿ ਉਹਨਾਂ ਦੀ ਇਮੇਜ ਇਸ ਤਰ੍ਹਾਂ ਦੀ ਦਿਖਾਉਣੀ ਕਿ ਬਾਕੀ ਲੋਕ ਨੇ ਜਿਹੜੇ ਉਹ ਵੀ ਇਹਨਾਂ ਦਾ ਹਿੱਸਾ ਬਣ ਜਾਣ, ਇਹਨਾਂ ਦੀ ਜਿਹੜੀ ਆ ਉਹ ਕੂਟਨੀਤੀ ਇਹੀ ਆ ਕਿ ਉਹ ਇਹਨਾਂ ਦਾ ਘੇਰਾ ਇਹ ਜਿਹੜਾ ਵੱਧ ਜਾਵੇ ਅਤੇ ਆਪਣਾ ਜਿਹੜਾ ਬਦਲਾ ਇਹ ਲੈ ਸਕਣ। ਇਹਦੇ ਵਿੱਚੋਂ ਅਸੀਂ ਕਹਾਂਗੇ ਕਿ ਇਹਦੇ ਵਿੱਚ ਸ਼ੀਤ ਯੁੱਧ ਆ ਜਿਹੜਾ ਸੰਯੁਕਤ ਰਾਸ਼ਟਰ ਅਤੇ ਜਿਹੜਾ ਰਸ਼ੀਆ ਦਾ ਏ ਉਹ ਵੀ ਇਹਦੇ ਵਿੱਚ ਅਸੀਂ ਕੂਟਨੀਤੀ ਦੇ ਵਿੱਚ ਲਵਾਂਗੇ ਕਿ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਵਿੱਚ ਜਾਂ ਇੱਕ ਦੂਜੇ ਦਾ ਵਪਾਰ ਨੂੰ ਨੀਵਾਂ ਦਿਖਾਉਣ ਦੇ ਵਿੱਚ ਇਹ ਲੋਕ ਨੇ ਜਿਹੜੇ ਬਹੁਤ ਜ਼ਿਆਦਾ ਪਬਲਿਕ ਡਿਪਲੋਮੈਸੀ ਦੀ ਵਰਤੋਂ ਕਰਦੇ ਨੇ। ਤਾਂ ਇੱਥੇ ਇਹ ਕਹਿ ਸਕਦੇ ਹਾਂ ਅਸੀਂ ਕਿ ਜਿਹੜੀ ਪਬਲਿਕ ਡਿਪਲੋਮੈਸੀ ਆ ਉਹਦੇ ਵਿੱਚ US ਦਾ ਸ਼ੀਤ ਯੁੱਧ ਆ, ਕੋਲਡ ਵਾਰ ਆ, ਜਿਹੜਾ ਅਹਿਮ ਸਥਾਨ ਰੱਖਦਾ ਏ। ਇਹਦੇ ਵਿੱਚ ਅਮਰੀਕਾ ਜਿਹੜਾ ਉਹਦੀ ਮਨੋਵਿਗਿਆਨਕ ਜੰਗ ਪੂਰਬੀ ਯੂਰਪ ਕਮਿਊਨਿਸਟ ਦੇਸ਼ਾਂ ਨਾਲ ਆ। ਅਮਰੀਕਾ ਜਿਹੜਾ ਆਪਣਾ ਸੱਭਿਆਚਾਰ ਦਾ ਪ੍ਰਚਾਰ ਆ ਜਿਹੜਾ ਇਹ ਕਹਿ ਸਕਦੇ ਕਿ ਲੋਹੇ ਦੇ ਪਰਦੇ ਨੂੰ ਚੀਰਨ 'ਚ ਸਫਲ ਰਿਹਾ ਏ, ਉਹ ਆਪਣਾ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਤਾਕਤ ਮਨਾਉਣ ਦੇ ਵਿੱਚ ਸਫਲ ਰਿਹਾ ਏ। ਇਸ ਤਰ੍ਹਾਂ ਨਾਲ ਜਿਹੜਾ ਸੋਵੀਅਤ ਸੰਘ ਆ ਉਸ ਦਾ ਬਿਖਰਾਓ ਆ ਜਿਹੜਾ ਉਹ ਵੀ ਇਹੀ ਕੂਟਨੀਤੀ ਦਾ ਕਾਰਨ ਬਣਿਆ ਏ। ਉਸ ਦੀ ਜਿਹੜੀ ਅਲੱਗ ਹੋਣਾ ਦੇਸ਼ ਦਾ ਉਹਨਾਂ ਦਾ ਜਿਹੜਾ ਟੁੱਟਣਾ ਏ ਉਹਦੀ ਪਿੱਠ ਭੂਮੀ ਵਿੱਚ ਅਮਰੀਕਾ ਜਿਹੜਾ ਏ ਉਹਨੇ ਕੰਮ ਕੀਤਾ ਜਾਂ ਅਮਰੀਕਨ ਪ੍ਰਚਾਰ ਨੇ ਕੰਮ ਕੀਤਾ ਏ। ਅਤੇ ਸੱਭਿਆਚਾਰਕ ਹਮਲਾ ਜਿਹੜਾ ਅਜਿਹਾ ਮਜ਼ਬੂਤ ਅਤੇ ਸ਼ਕਤੀਸ਼ਾਲੀ ਪ੍ਰਭਾਵ ਆ ਜਿਹੜਾ ਕਿ ਕਿਸੇ ਵੀ ਕਮਿਊਨਿਟੀ ਨੂੰ
ਤੋੜ ਦਿੰਦਾ ਏ ਜਾਂ ਇਹ ਕਹਿ ਲਓ ਕਿ ਉਹਨੂੰ ਵਿਖੇਰ ਦਿੰਦਾ ਤੇ ਆਪਣੇ ਵਿੱਚ ਸ਼ਾਮਿਲ ਕਰ ਲੈਂਦਾ ਤੇ ਇਸ ਤਰ੍ਹਾਂ ਦੀ ਕੂਟਨੀਤੀ ਆ ਜਿਹੜੀ ਉਹ ਅਮਰੀਕਾ ਨੇ ਅਪਣਾਈ ਆ ਤਾਂ ਅਸੀਂ ਇਹ ਦੇਖਦੇ ਹਾਂ ਕਿ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਜਿਹੜਾ ਸ਼ੀਤ ਯੁੱਧ ਹੋ ਰਿਹਾ ਉਹ ਪਬਲਿਕ ਡਿਪਲੋਮੇਸੀ ਦਾ ਹੀ ਕਾਰਨ ਆ ਤਾਂ ਇਹ ਸੀਗਾ ਪਬਲਿਕ ਡਿਪਲੋਮੇਸੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੱਗੇ ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਓਕੇ ਥੈਂਕਸ।